ਮੇਰਾ ਨਾਮ ਰਕੇਸ਼ ਮੇਜ ਹੈ ਛੋਟਾ ਨਾਮ ਬਿੱਟੂ ਕੁਵੜੀ ਕਿੱਥੇ ਜੋਬ ਤੁਹਾਡੀ ਮੇਰੀ ਕੋੜੀਆ ਬਾਜ਼ਾਰ ਚ ਪ੍ਰੋਪਰ ਸ਼ਾਪ ਹੋਈ ਸੀਗੀ ਜੀ ਅੱਜ ਇਹ ਰਾਹਗੀਰ ਸੀਗੇ ਸਾਡੀ ਗਲੀ ਚ ਤੇਜ਼ ਲੰਘ ਰਹੇ ਸੀ ਮੈਂ ਕਿਹਾ ਵੀ ਹੌਲੀ ਲੰਘੋ ਬੇਟਾ ਇਹ ਬੱਚੇ ਨੂੰ ਖੇਡਦੇ ਆ ਇਹ ਬਦਮਾਸ਼ੀ ਦੇ ਉੱਤਰ ਹੈ ਬੈਂਸਨ ਲੱਗ ਗਈ ਮੇਰੇ ਨਾਲ ਇੱਥੇ ਆ ਕੇ ਫਿਰ ਇੱਥੇ ਆ ਕੇ ਇਹਨੇ ਫੋਨ ਕਰਕੇ ਹੋਰ ਬੰਦੇ ਬੁਲਾ ਲਏ ਇੱਥੇ ਕਵੜੀਆ ਬਾਜ਼ਾਰ ਹੈ ਹਾਂ ਜਿਹੜੇ ਹਥਿਆਰਾਂ ਨਾਲ ਲੈ ਸੀਗੇ ਜੀ ਇਹਨਾਂ ਕੋਲ ਦੇਸੀ ਕੱਟੇ ਵੀ ਸੀ 12 ਬੋਰ ਵੀ ਸੀ 10 ਘੰਟਾ ਸੀ 40 ਪਿਆ ਜਾਣ ਸੀ ਹਜੂਮ ਸੀ ਸਮੂਹ ਲੈਸ ਸੀਗਾ ਇਹ ਤਾਂ ਭੱਜ ਕੇ ਜਾਣਾ ਚਾਹੀਦਾ ਸੀ ਇਹਨਾਂ ਤੋਂ ਮਾਰ ਦੇਣਾ ਇਕੱਲੀ ਇਕੱਲੀ ਦੁਕਾਨ 'ਚ ਪੁੱਛਦੇ ਰਹੇ ਕੌਣ ਆ ਕਿੱਥੇ ਆ ਹੁਣ ਪਹਿਲਾਂ ਉਹ ਰੰਜੇ ਸੀਗੀ ਕਿ ਅੱਜ ਕੋਈ ਗੱਲਬਾਤ ਹੋਈ ਹੈ ਜੀ ਸਾਡੇ ਇਹਨਾਂ ਨੂੰ ਰੰਜੇ ਚੁੰਦੀ ਤਾਂ ਹੀ ਇਹਨਾਂ ਨੂੰ ਜਾਤੀ ਤੌਰ ਤੇ ਜਾਣਦੇ ਹੁੰਦੇ ਬਾਈ ਨੇਮ ਪਰਚਾ ਦਿੰਦੇ ਰਾਣਾ ਪਛਾਣ ਦੇ ਪਰਚਾ ਹੋਰੇ ਸਾਨੂੰ ਤਾਂ ਜਾਣਦੇ ਨਹੀਂ ਕਾਤੇ ਆਏ ਸੀਗੇ ਜੀ ਇਹ ਦੋ ਮੋਟਰਸਾਈਕਲ ਸੀਗੇ ਤੇ ਚਾਰ ਸੀਗੇ ਬਾਅਦ 'ਚ ਫਿਰ ਮੋਟਰਸਾਈਕਲਾਂ ਤੇ ਆਏ ਪਈਆਂ ਸਾਥੀਆਂ ਨੇ ਅਸਲਾ ਕਿੰਨਾ ਸੀ ਇਹਨਾਂ ਨੂੰ ਇਹਨਾਂ ਕੋਲ ਇੱਕ 12 ਬੋਰ ਸੀ ਦੋ ਕੱਟੇ ਕੁੱਟੇ ਸੀਗੇ ਤੇ ਬਾਕੀ 10 ਘੰਟਾ ਸੀ ਤਿੰਨ ਕਸਲੇ ਸੀਗੇ ਦੋ ਜਾਂ ਤਿੰਨ ਤਕਰੀਬਨ ਅਸਲੇ ਸੀ ਇੱਕ 12 ਬੋਰ ਸੀ ਇੱਕ ਕਟਾ ਸੀ ਇੱਕ ਹੋਰ ਡੱਬ ਡੂਬ ਚ ਪਾਈ ਫਿਰਦੇ ਸੀ ਕੀ ਕਹਿੰਦੀ ਪੁਲਿਸ ਆਈ ਸੀ ਮੌਕੇ ਤੇ ਜੀ ਮੌਕੇ ਤੋਂ ਛਾਣਬੀਨ ਕਰ ਰਹੀ ਹੈ ਹਲਕੋ ਦੇਖੋ ਕੀ ਕਹਿੰਦੀ ਕੀ ਮੰਗ ਕਰਦੇ ਸਰ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਲੁੱਟਾ ਖੋਹ ਕਰਨ ਵਾਲੇ ਗਿਰਾਂਗੇ ਤੇ ਕਾਰਨ ਹੋਰ ਪਾਉਣਗੇ ਲੋਕਾਂ ਨੂੰ ਹੱਥੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਧਮਕਾਉਂਦੇ ਰਹੇ ਦੱਸੋ ਕੌਣ ਇਹ ਤਾਂ ਮਾਰਨ ਦੀ ਨੀਤ ਨਾਲ ਹੀ ਆਈ ਰੱਬ ਲਈ ਬੱਚੇ ਇਹਨਾਂ ਨੂੰ ਤਾਂ ਕੋਈ ਕਸਰ ਨਹੀਂ ਛੱਡੀ ਨਾ ਰਕੇਸ਼ ਤਨੇਜਾ ਨਾਮ ਦਾ ਇਹਦੀ ਕਬਾੜੀਏ ਦੀ ਦੁਕਾਨ ਹੈਗੀ ਆ ਇਹ ਜਦੋਂ ਆਪਦੇ ਘਰ ਤੋਂ ਖਾਣਾ ਖਾਣ ਆਪਣਾ ਇਹਦਾ ਘਰ ਹੈਗਾ ਕਪੜਾ ਮਾਰਕੀਟ ਦੇ ਵਿੱਚ ਉੱਥੇ ਜਦੋਂ ਇਹ ਖਾਣਾ ਖਾ ਕੇ ਥੱਲੇ ਆਪਦੀ ਦੁਕਾਨ ਨੂੰ ਜਾਣ ਲੱਗਿਆ ਤਾਂ ਦੋ ਮੋਟਰਸਾਈਕਲਾਂ ਦੇ ਨੌਜਵਾਨ ਸੀਗੇ ਚਾਰ ਉਹ ਕਿਤੇ ਤੇਜ਼ ਮੋਟਰਸਾਈਕਲਾਂ ਲੰਘ ਰਹੇ ਸੀਗੇ ਉਹਨਾਂ ਨੇ ਇਹਨੂੰ ਪੁੱਛਿਆ ਵੀ ਇਹਨਾਂ ਨੇ ਪੁੱਛਿਆ ਉਹਨੂੰ ਵੀ ਤੁਸੀਂ ਇੰਨੀ ਸਪੀਡ ਨਾਲ ਕਿਉਂ ਜਾ ਰਹੇ ਹੋ ਇਸੇ ਗੱਲ ਨੂੰ ਲੈ ਕੇ ਉੱਥੇ ਉਹਨਾਂ ਦੀ ਇੱਕ ਦੂਜੇ ਨਾਲ ਇਹਨਾਂ ਦੀ ਗਹਿਮਾ ਗਹਿਮੀ ਹੋ ਗਈ ਆ ਅਤੇ ਇੱਕ ਦੂਜੇ ਨਾਲ ਇਹਨਾਂ ਦਾ ਗਾਲੀ ਗਲੋਚ ਸ਼ੁਰੂ ਹੋ ਗਿਆ ਤਾਂ ਥੋੜ੍ਹੇ ਕੁ ਮਿੰਟਾਂ ਬਾਅਦ ਹੀ ਜਦੋਂ ਇਹ ਆਪਣੀ ਦੁਕਾਨ 'ਤੇ ਪਹੁੰਚਿਆ ਅਤੇ ਉਹ ਆਪਣੇ ਜਿਹੜੇ ਹੈਗੇ ਨਾਲ ਦੇ ਸਾਥੀ 10-12 ਜਣੇ ਸਾਥੀ ਇਕੱਠੇ ਕਰਕੇ ਜਿਹੜੇ ਲੈ ਆਏ ਸੀਗੇ ਅਤੇ ਇਹਨੂੰ ਲੱਭਦੇ ਰਹੇ ਆ ਅਤੇ ਬਾਕੀ ਸਿਚੁਏਸ਼ਨ ਪੀਸਫੁੱਲ ਆ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਜਿਹੜਾ ਮਦਈ ਆ ਇਹਨੂੰ ਅਸੀਂ ਬੁਲਾ ਲਿਆ ਅਤੇ ਜੋ ਬਣਦਾ ਡਿਊ ਐਕਸ਼ਨ ਆ ਉਹ ਅਸੀਂ ਕਰ ਰਹੇ ਹਾਂ ਹਾਂ CCTV ਫੁਟੇਜ ਤਾਂ ਦੇਖ ਰਿਹਾ ਫਾਇਰ ਕੁਛ ਨਹੀਂ ਹੋਇਆ ਹੈਗਾ ਕੋਈ ਮਤਲਬ ਕਿ ਕੋਈ ਹਵਾਈ ਫਾਇਰ ਜਾਂ ਕੋਈ ਇੱਦਾਂ ਦੀ ਕੋਈ ਗੋਲੀ ਵਗੈਰਾ ਨਹੀਂ ਚੱਲੀ ਗਈ ਅਤੇ ਬਸ ਉਹ ਪਿਸਟਲ ਦਿਖਾਏ ਗਏ ਆ ਉੱਥੇ ਮੌਕੇ 'ਤੇ ਨਹੀਂ ਕੋਈ ਸੱਟ ਨਹੀਂ ਜੀ ਉਹ ਵੈਲ ਆ ਠੀਕ ਆ ਉਹਦੇ ਬਿਲਕੁਲ ਕੋਈ ਸੱਟ ਨਹੀਂ ਜੀ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਸਰ ਮਾਮਲਾ ਦਰਜ ਕਰਾਉਂਗੇ ਉਹਨਾਂ ਨੂੰ ਬੁਲਾ ਲਿਆ ਜੀ ਅਸੀਂ ਉਹਨਾਂ ਦਾ ਜਿਹੜਾ ਹੈਗਾ ਬਿਆਨ ਆ ਜਿਹੜਾ ਉਹ ਅਸੀਂ ਲਿਖ ਰਹੇ ਹਾਂ ਅਤੇ ਮੁਤਾਬਕ ਬਿਆਨ ਜੋ ਕਾਰਵਾਈ ਬਣੂਗੀ ਉਹ ਅਸੀਂ ਕਰ ਦਾਂਗੇ ਜੀ